ਬਲੂ ਦੀ
ਕਬੱਡੀ ਫੇਰ ਕਹਿੰਦੇ ਰੱਖਿਆ ਟੌਣ ਦੇ ਹੱਥ ਐਂਟੀ ਸਾਹਿਬ ਦਰਮਿਆਨ ਪੁੱਜਿਆ ਬੈਂਡ ਧੁੱਗਾ ਸਾਹਿਬ ਕਹਿੰਦੇ ਦੁਨੀਆਂ ਦੇ ਚੇਤੇ ਖਿਡਾਰੀਆਂ ਨੂੰ ਵੱਡਾ ਇਕਰਾਰ ਬਣਾ ਦਿੰਦੇ ਆ ਬੱਲੇ ਮੋਜਲਾ ਜੀ ਆ ਦੇਖੋ ਸਾਹਮਣੇ ਅੱਜ ਬੱਲੇ ਬੱਲੇ ਹੋਈ ਪਈ ਤੇ ਅੰਕਾਰ ਕੈਨੇਡਾ ਅੱਜ ਕੈਨੇਡਾ ਵਾਲਾ ਵੀਰ ਚ ਫਲ ਆਉ ਤੇ ਬੱਲੇ ਬੱਲੇ ਕਾਟੂ ਨਾ ਜਫਾ ਅੰਕਾਰ ਕੈਨੇਡੀ ਦੇ ਫਲ ਆਉ ਅੰਕਾਰ ਕਾਟੂ ਅਗਲੀ ਕਬੱਡੀ ਭਵੇ ਦੀ ਪੈ ਚੁੱਕੀ ਹੈ ਲਾਸਟ ਸਾਹਮਣੇ ਚਾਰ ਖਿਡਾਰੀ ਨੇ ਮਾਲਵੇ ਦੇ ਐਨ ਸਿਰਿਆ ਹੋਇਆ ਪਿਆ ਇਹਨਾਂ ਦੀਆਂ ਦੋਨੇ ਟੀਮਾਂ ਆਉਣਗੀਆਂ ਹਾਂ ਇਧਰ ਰਾਜੇਸ਼ ਕੌਸ਼ਲ ਜੀ ਅੱਜ ਮਾਰੋ ਹੱਥ ਪਟਵੋ ਲੋ ਕੱਢੋ ਮਾਂ ਦੇ ਗੱਫੇ 15,000 ਕਹਿੰਦੇ ਮੈਂ ਮੁਗਲਾਂ ਦੀ ਕਬੱਡੀ ਤੇ 10,000 ਲੱਗਾ ਸੀ ਹੁਣ ਤਿੰਨ ਕਬੱਡੀਆਂ ਦੇ 15,000 ਰੁਪਇਆ ਮੁਗਲਾਂ ਦੀਆਂ ਤਿੰਨ ਕਬੱਡੀਆਂ ਤੇ 15,000 ਇੱਧਰ ਤਾਰੀ ਭਾਜੀ ਤੇ ਕਲਵੰਤ ਧਾਮੀ ਵੱਲੋਂ ਅੰਕਾਰ ਕੈਨੇਡਾ ਸਾਹਮਣੇ ਚੱਕ ਚੱਕ ਮਾਰਦਾ ਪੰਜਾਬੀ
ਪਠਾਨ ਵਾਂਗੂ ਤਾੜੀਆਂ ਮਾਰ ਦਿਓ। ਇੱਕ ਪਾਸੇ ਮਾਲਵੇ ਦਾ ਤੇ ਬਲੂ, ਫਿਰ ਕਬੱਡੀ ਪਾਉਣ ਦੇ ਲਈ ਸਿੱਖ ਸਰਦਾਰ ਬੱਲੂ 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 ਇੰਦਰਜੀਤ ਐਂਡੀ ਧੁਖਾਰੀ ਨਿਊ ਮਰੇਲੀਆ ਟਾਇਰ ਸੈਂਟਰ ਅਤੇ ਨਾਲ ਅੱਜ ਕਹਿੰਦੇ ਅਮਰਜੀਤ ਹੇਰ ਰੇਨੂ ਗਰੇਵਾਲ ਗਰਜੀਤ ਗੱਲ ਐਂਡੀ ਗਰੇਵਾਲ ਉੱਥੇ ਕਹਿੰਦੇ ਐਮਰੇਟਾ ਕੋਡ ਰੋਡ ਲੈਂਡਰ ਦਾ ਕੋਡ ਜਾਂ ਮੋਦਰ ਧਾਰੀਵਾਲ ਕੈਨੇਡਾ ਅਤੇ ਐਂਡੀ ਗਰੇਵਾਲ ਕੈਨੇਡਾ ਧਾਰੀਵਾਲ ਤੇ ਪੁਗਲਾ 30,000 ਅਗਲੀਆਂ ਦੇ ਕੋਡ ਨੂੰ ਬਦਲਦੀਆਂ ਇਸ ਵੇਲੇ ਇਹ ਆ ਟੱਪੂ ਆ ਗਿਆ
ਦੋਸਤੋ ਇਹ ਮੈਚ ਅਸੀਂ ਦੇਖ ਹੀ ਲਿਆ। ਇਸ ਮੈਚ ਦੇ ਵਿੱਚੋਂ ਅਕਲਪੁਰ ਦੀ ਟੀਮ ਜਿਹੜੀ ਆ ਉਹ 9 ਅੰਕ ਲੈ ਸਕੀ ਹੈ, ਪਰ ਬਠਿੰਡਾ ਦੇ 20.5 ਪੁਆਇੰਟ ਨੇ, ਮਤਲਬ ਬਠਿੰਡਾ ਦੀ ਟੀਮ ਜਿਹੜੀ ਹੈ ਉਹ ਇਸ ਮੈਚ ਨੂੰ ਜਿੱਤ ਗਈ ਹੈ। ਦੋਸਤੋ ਮੈਚ ਭਾਵੇਂ ਵਨ ਸਾਈਡਡ ਸੀ ਪਰ ਲੋਕਾਂ ਦਾ ਮਨੋਰੰਜਨ ਬਹੁਤ ਹੋਇਆ, ਸਭ ਨੇ ਇੰਜੋਏ ਕੀਤਾ। ਕੀ ਤੁਸੀਂ ਇਸ ਮੈਚ ਨੂੰ ਇੰਜੋਏ ਕੀਤਾ ਤਾਂ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਲਿਖ ਦੇਣਾ ਹੈਗਾ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ ਯੂਟਿਊਬ ਚੈਨਲ 'ਤੇ ਹੈਗੇ ਨੇ, ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ। ਨਾਲ ਹੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅੱਗੇ ਆਉਣ ਵਾਲੀਆਂ ਜਿਹੜੀਆਂ ਵੀਡੀਓ ਨੇ ਉਹ ਵੀ ਤੁਹਾਨੂੰ ਮਿਲ ਸਕਣ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।